दिस वीडियो इज स्पॉन्सर्ड बाय स्नैपट्यूब ऐप। गाइस डाउनलोड करो स्नैपट्यूब ऐप जिद नाल तुसी मेरी वीडियोस इंस्टाग्राम फेसबुक व्हाट्सएप स्टेटस वीडियोस भी डाउनलोड कर सकते हो। ते वीडियो रेजोल्यूशन की है 2K 4K फुल HD नाले MP3 सॉन्ग्स भी। लैंग्वेजेस केड़ियां ने? तमिल तेलुगु कन्नड़ हिंदी इंग्लिश सारियां लैंग्वेजेस हैगियां ने। बाकी मैं डाउनलोड लिंक दा डिस्क्रिप्शन विच दित्ता जिथे क्लिक करके तुसी स्नैपट्यूब ऐप डाउनलोड कर सकते हो। ਕਿੱਦਾਂ ਫਿਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੱਸਦਾ ਕਿ ਇਹ ਵਾਲੀ ਵੀਡੀਓ ਸਿਰਫ ਐਂਟਰਟੇਨਮੈਂਟ ਪਰਪਸ ਲਈ ਮੇਰੇ ਵੀਰ ਦੇ ਭੈਣ ਦੇ ਭਰਾ ਨੇ ਕਿਸੇ ਨੇ ਹੇ ਅਮਿਤਾਭ ਬੱਚਨ ਬਣ ਕੇ ਸੋ ਬਾਸਟਰਡ ਡਰੰਕਡ ਈਵਲ ਫੂਲ ਇਡੀਅਟ ਲੂਜ਼ਰ ਮਾਕੀ ਵਾਮਟ ਵੇਸਟ ਯਾ ਵਰਗੇ ਭੈੜੇ ਭੈੜੇ ਕਮੈਂਟ ਥੱਲੇ ਬਿਲਕੁਲ ਵੀ ਨਹੀਂ ਕਰਨੇ ਕਿਉਂਕਿ ਆਪਾਂ ਤਾਂ ਯਾਰ ਸਿੰਗਰ ਦੇ ਗਾਣਿਆਂ ਦੇ ਲਿਰਿਕਸ ਨਾਲ ਜੁਗਲਬੰਦੀ ਕਰਕੇ ਹਾਸੇ ਪਾਉਣ ਦੀ ਕੋਸ਼ਿਸ਼ ਕਰਦੇ ਤੇ ਅੱਜ ਵੀ ਆਪਾਂ ਉਹੀ ਕੋਸ਼ਿਸ਼ ਕਰਨੀ ਆ। ਸੋ ਵਿਦਆਊਟ ਵੇਸਟਿੰਗ ਟਾਈਮ ਲੈਟ ਗੈਟ ਸਟਾਰਟਡ। ਹੈਲੋ ਕੌਣ ਬੋਲਦਾ ਵੀਰੇ? ਸਿੱਧੂ ਮੂਸੇ ਵਾਲਾ। ਉਹ ਮੈਂ ਕਿਹਾ ਵੀਰੇ ਤੁਹਾਨੂੰ ਅਮਨ ਔਜਲਾ ਵੱਲੋਂ ਵੱਡੀ ਸਾਰੀ ਸਲਾਮ। ਕਿਸੇ ਯਾਰੇ ਗਰੇ ਬੰਦੇ ਨੂੰ ਸਲਾਮ ਨਹੀਂ ਉਹ ਮੇਰੀ। ਉਹ ਹੈਲੋ ਵੀਰੇ ਮੈਂ ਰਾ ਗਰਾ ਨਹੀਂ ਹੈਗਾ। ਜਿਨੇ ਸਭ ਤੋਂ ਪਹਿਲਾਂ ਤੁਹਾਡੀ ਰੋਸਟ ਵੀਡੀਓ YouTube ਤੇ ਪਾਈ ਸੀ ਨਾ ਉਹ ਮੈਂ ਹੀ ਆ। ਮੈਂ ਗਾਣਾ ਵਜਾਉਣਾ ਛੱਡ ਛੁੱਡ ਕੇ ਤੁਸੀਂ ਕਾਰਾਂ ਗੱਡੀਆਂ ਸੇਲ ਪਰਚੇਸ ਦਾ ਕੰਮ ਸ਼ੁਰੂ ਕਰ ਲਿਆ। ਕੀ ਚੱਕਰ ਪੈ ਗਿਆ ਵੀਰੇ? ਬੰਦਾ ਧੱਕੇ ਤੇ ਗਲਤੀਆਂ ਤੋਂ ਸਿੱਖਦਾ। ਉਹ ਵੀਰੇ ਯਾਰ ਕੋਈ ਰੀਜ਼ਨ ਹੋਊਗਾ। ਰੀਜ਼ਨ ਨੇ ਵੱਡੇ ਉਹ ਗੱਲ ਆ ਇੱਕ ਵੀਰੇ ਤੁਸੀਂ ਆਹ ਸਿੰਗਿੰਗ ਵਾਲਾ ਕੰਮ ਛੱਡ ਕਾਰਾਂ ਵੇਚਣ ਕਿਉਂ ਲੱਗ ਗਏ? ਆਹੋ ਪੈਸਿਆਂ ਦਾ ਵੀ ਚੱਕਰ ਹੈਗਾ ਬਾਈ ਯਾਰ। ਚਲੋ ਛੱਡੋ ਤੇ ਵੀਰੇ ਯਾਰ ਮੈਂ ਤੁਹਾਨੂੰ ਫੋਨ ਕੀਤਾ, ਮੈਨੂੰ ਚਾਹੀਦੀ ਆ ਕੋਈ ਘੈਂਟ ਜੀ ਗੱਡੀ ਤੇ ਮੈਨੂੰ ਹੁਣ ਦੱਸੋ ਕੋਈ ਗੱਡੀ ਬਾਰੇ। ਆਟੋਮੈਟਿਕ ਜਾਂ ਮੈਨੂਅਲ ਕੁਛ ਵੀ ਚੱਲੂਗਾ। ਵੈਸੇ ਤੁਹਾਡੇ ਕੋਲ ਕਿੱਦਾਂ ਦੀਆਂ ਕਾਰਾਂ ਨੇ? ਸਾਡੇ ਬਾਂਗੂ ਸਾਡੀਆਂ ਨਹੀਂ ਬਲੈਕ ਲਿਸਟਡ ਕਾਰਾਂ ਨੇ। ਉਹ ਲੈ ਬਲੈਕ ਲਿਸਟਡ ਕਾਰਾਂ, ਤੁਹਾਡਾ ਦਿਮਾਗ ਸੈੱਟ ਆ ਬਾਈ? ਦਿਮਾਗ ਬਾਬਾ ਕੰਮ ਕਰਦਾ ਨਹੀਂ ਆ। ਚਲੋ ਯਾਰ ਠੀਕ ਆ ਯਾਰ, ਤੁਸੀਂ ਮੈਨੂੰ ਹੋਰ ਗੱਡੀਆਂ ਬਾਰੇ ਦੱਸੋ। ਕਿਹੜੀਆਂ? ਉਹ ਵੀਰੇ ਉਹੀ ਜਿਹੜੀਆਂ ਤੁਹਾਡੀਆਂ ਵੀਡੀਓ ਦੇ ਪਿੱਛੇ ਜੰਪ ਮਾਰਦੀਆਂ ਹੁੰਦੀਆਂ, ਛਾਲਾਂ ਮਾਰਦੀਆਂ ਹੁੰਦੀਆਂ, ਉਹ ਵੱਡੀ 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 ਕਾਰਾਂ। ਉਹ ਆਹੋ ਵੱਡੀਆਂ ਵੱਡੀਆਂ, ਉਹ ਕਾਰਾਂ ਤਾਂ ਮਹਿੰਗੀਆਂ ਹੋਣੀਆਂ। ਨਾਮ ਨੇ ਬ੍ਰਾਂਡ ਮਹਿੰਗੀਆਂ ਨੇ ਗੱਡੀਆਂ। ਆਹੋ ਮੈਂ ਸੋਚਿਆ ਸੀ ਮਹਿੰਗੀਆਂ ਹੀ ਹੋਣੀਆਂ। ਵੈਸੇ ਵੀਰੇ ਯਾਰ ਇੰਨੀਆਂ ਮਹਿੰਗੀਆਂ ਹੋਣ ਦਾ ਰੀਜ਼ਨ ਕੀ ਆ? ਕਸਟਮ ਪਲੇਟਾਂ ਮੂਹਰਾਂ ਨੇ ਛੱਡੀਆਂ। ਉਹ ਹਾਂ ਵੂਫਰ ਤਾਂ ਚਾਹੀਦਾ ਵਾ। ਗੱਡੀ 'ਚ ਵੂਫਰ ਕਿੰਨੇ ਲੱਗੇ ਨੇ? ਹੋ ਵੂਫਰਾਂ ਦੀ ਜੋੜੀ ਇੱਕ ਰੱਖੀ ਬੈਗ ਤੇ। ਉਹ ਬਾਈ ਯਾਰ ਮੈਨੂੰ ਇੱਕ ਗੱਲ ਦੱਸ, ਲੋਕੀ ਕਹਿੰਦੇ ਵੂਫਰ ਨਾਲ ਕੰਨਾਂ ਦਾ ਕੈਂਸਰ ਹੋ ਜਾਂਦਾ ਯਾਰ। ਉਹ ਲੋਕਾਂ ਦੀਆਂ ਰਹਿੰਦੇ ਜਿਹੜੇ ਗੱਲਾਂ ਮਾਰਦੇ ਆ। ਉਹ ਆਹੋ ਯਾਰ ਲੋਕੀ ਵੀ ਨਾ ਬਸ ਐਵੇਂ। ਤੇ ਵੀਰੇ ਯਾਰ ਟਾਇਰਾਂ 'ਚ ਰਿਮ ਲੋਏ ਵਧੀਆ ਪਾਏ ਜਾਣ? ਚੌੜੇ ਚੌੜੇ ਰਿਮ ਧਰਤੀ ਨੂੰ ਰਾਪਦੇ ਆ। ਉਹ ਚੌੜੇ ਚੌੜੇ ਰਿਮ ਨਹੀਂ ਪਾਉਣੇ ਹੈਗੇ ਭਾਜੀ। ਐਕਚੁਅਲੀ ਜਿਹੜੇ ਮਹੱਲੇ ਮੈਂ ਜਿਉਨਾ ਰਹਿਣਾ ਉੱਥੇ ਗਲੀਆਂ ਬਹੁਤ ਪਤਲੀਆਂ ਨੇ, ਉੱਥੇ ਤਾਂ ਗੱਡੀ ਫਸ ਜੂ ਉੱਥੇ। ਮਰ ਜਾਵੀਂ ਉੱਥੇ ਕੋਈ ਜਿਉਣ ਦਾ ਨਹੀਂ ਫਾਇਦਾ। ਉਹ ਬਾਈ ਕਾਰ ਮੰਗੀ ਹੈ ਤੇਰੇ ਕੋਲੋਂ, ਸਲਾਹ ਨਹੀਂ ਮੰਗੀ, ਜ਼ਬਾਨ ਨੂੰ ਥੋੜਾ ਰੋਕ ਕੇ। ਮੇਰੇ ਕੋਲੇ ਕਦੇ ਰੁਕਦੀ ਨਹੀਂ ਵੇ। ਉਹ ਚੱਲ ਠੀਕ ਹੈ ਯਾਰ ਸਿੱਧੂ ਬਾਈ, ਮੈਨੂੰ ਇੱਕ ਗੱਲ ਦੱਸ, ਜਿਹੜੇ ਹਿਸਾਬ ਨਾਲ ਤੂੰ ਕਾਰਾਂ ਦੱਸ ਰਿਹਾ ਵਾ ਉਹਦੀ ਕੀਮਤ ਤਾਂ ਲੱਖਾਂ ਹਜ਼ਾਰਾਂ ਵਿੱਚ ਹੋਣੀ ਆ। ਲੱਖਾਂ ਤੇ ਹਜ਼ਾਰਾਂ ਵਿੱਚੋਂ ਨਹੀਂ। ਅੱਛਾ ਤੇ ਫਿਰ ਕਰੋੜਾਂ ਵਿੱਚ ਆ? ਕਿੰਨੇ ਕਰੋੜ ਦੀਆਂ? ਬਾਈ ਬਾਈ ਨਹੀਂ, ਉਹ ਲੈ 22 ਕਰੋੜ ਦੀ। ਵੀਰੇ ਥੋੜੀ ਸੱਸੀ ਗੱਡੀ ਨਹੀਂ ਹੈਗੀ? ਗੱਲ ਥੋੜੇ ਬੱਸੋਂ ਬਾਹਰ, ਗੱਲ ਥੋੜੇ ਬੱਸੋਂ ਬਾਹਰ। ਉਹ ਯਾਰ ਐਵੇਂ ਬੱਸੋਂ ਬਾਹਰ। ਉਹ ਬਾਈ ਯਾਰ ਮੇਰੇ ਕੋਲ ਨਾ ਮਰੂਤੀ 800 ਖੜੀ ਆ 1990 ਦੀ, ਜੇ ਮੈਂ ਉਹ ਗੱਡੀ ਤੁਹਾਨੂੰ ਦੇ ਦਾਂ ਮਤਲਬ ਸੱਟਾ ਵੱਟਾ ਕਰਕੇ ਕੋਈ ਸਿਸਟਮ ਬਣ ਸਕਦਾ? ਪੈਸੇ ਘੱਟ ਲੱਗਣ ਮੇਰੇ ਤੇ ਮੈਨੂੰ ਗੱਡੀ ਮਿਲ ਜੇ। ਸਿੱਧਾ ਆਇਆ ਜਵਾਬ। ਉਹ ਯਾਰ ਆਹ ਕੀ ਗੱਲ ਬਣੀ ਸਿੱਧੂ ਬਾਈ, ਤੂੰ ਤਾਂ ਸਿੱਧਾ ਹੀ ਬੜਾ ਗੁੱਸੇ ਵਾਲਾ ਯਾਰ, ਤੂੰ ਤਾਂ ਸਿੱਧਾ ਹੀ ਮੂੰਹ ਤੇ ਜਵਾਬ ਦੇਈ ਜਾਂਦਾ। ਫਿਰ ਠੀਕ ਆ ਬਾਈ। ਅੱਛਾ ਗੱਡੀ ਦੇ RC ਕਾਗਜ਼ ਕੂਗਜ ਮਿਲ ਜਾਣਗੇ ਬਾਈ? ਐ ਡਿਪੈਂਡ ਹੀ ਆਉਣੇ ਮੂਡ ਨਹੀਂ। ਓ ਯਾਰ ਬਾਈ RC ਕਾਗਜ਼ਾਂ ਤੋਂ ਬਗੈਰ ਗੱਡੀ ਚਲਾਉਂਗਾ ਤਾਂ ਮੈਂ ਤਾਂ ਪੁਲਿਸ ਦੇ ਹੱਥ ਚੜ ਜਾਊਂਗਾ। ਦੱਸ ਕਿਵੇਂ ਪਾ ਜੂਗਾ ਕੋਈ ਹੱਥ ਇਸ ਜੱਟ। ਠੀਕ ਆ ਬਾਈ, ਤੇ ਗੱਡੀ ਕਦੋਂ ਤੱਕ ਮਿਲ ਜੂਗੀ? 15 ਦਿਨਾਂ ਚ। ਚਲੋ ਠੀਕ ਆ ਬਾਈ ਮੈਂ ਗੱਡੀ ਲੈ ਲੈਂਦਾ, ਬਾਕੀ ਗੱਡੀ ਮੈਨੂੰ ਨਾ ਬਾਈ ਪੂਰੀ ਚੰਗੀ ਤਰ੍ਹਾਂ ਨਾ ਸਾਫ਼ ਕਰਕੇ ਪਾਲਿਸ਼ ਪੁਲਿਸ਼ ਮਾਰ ਕੇ ਚਾਹੀਦੀ ਆ ਗੱਡੀ ਮੈਨੂੰ। ਸਿੱਧੂ ਬਾਈ ਕਰ ਦੋਗੇ ਨਾ ਪੱਕਾ? ਮੈਨੂੰ ਜਮਾਂ ਚਮਕਦੀ ਹੋਈ ਗੱਡੀ ਚਾਹੀਦੀ ਆ, ਐਂਡ ਕੰਮ ਚਾਹੀਦਾ ਮੈਨੂੰ ਐਂਡ। ਜਮਾਂ ਐਂਡ ਕਰਦਾ ਨਹੀਂ ਮੂਸੇ ਵਾਲਾ। ਓ ਯਾਰ ਸਿੱਧੂ ਬਾਈ ਮੈਨੂੰ ਯਕੀਨ ਜਾਂ ਨਹੀਂ ਹੋ ਰਿਹਾ ਕਿ ਆ ਪੈਨ ਕਲਮ ਚਲਾਉਣ ਵਾਲਾ ਬੰਦਾ ਹੁਣ ਪਾਲਿਸ਼ ਮਾਰ ਕੇ ਕੱਪੜਾ ਚਲਾਊਗਾ। ਮੈਨੂੰ ਯਕੀਨ ਨਹੀਂ ਹੋ ਰਿਹਾ ਯਾਰ ਤੇਰੇ ਤੇ। ਤੂੰ ਮੇਰੇ ਚਿਹਰੇ ਤੇ ਕੌਨਫੀਡੈਂਸ ਦੇ। ਓ ਬਾਈ ਯਾਰ ਇੰਨੀਆਂ ਸੋਹਣੀਆਂ ਸੋਹਣੀਆਂ ਗੱਲਾਂ ਕਿੱਥੋਂ ਲਿਆਉਂਦਾ ਯਾਰ ਤੂੰ? ਤੇਰੀਆਂ ਅੱਧੀਆਂ ਗੱਲਾਂ ਤਾਂ ਮੇਰੇ ਸਿਰ ਉੱਤੋਂ ਲੰਘ ਜਾਂਦੀਆਂ। ਆਹ ਸਿਰ ਉੱਤੋਂ ਲੰਘਣੇ ਫਲਾਈ ਕਰਕੇ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ।
ਉਹ ਬਾੜੀਆਂ ਉੱਚੀਆਂ ਨੇ ਬਾਈ ਤੇ ਮੈਨੂੰ ਇਹ ਦੱਸ ਗੱਡੀ ਨੂੰ ਕਿੰਨੇ ਸਾਲ ਹੋ ਗਏ ਹੁਣ ਪਰਮਾਤਮਾ ਦੀ ਕਿਰਪਾ ਨਾਲ 2 ਸਾਲ ਹੋ ਗਏ ਤੇ ਸਿੱਧੂ ਬਾਈ ਇੱਕ ਗੱਲ ਪੁੱਛਣੀ ਸੀ ਮੈਂ ਕਿ ਤੁਸੀਂ ਕੈਸ਼ਤਾਂ ਕੋਸ਼ਤਾਂ ਵਿੱਚ ਬਲੀਵ ਰੱਖਦੇ ਹੋ ਮੈਂ ਇਹਨਾਂ ਚੀਜ਼ਾਂ ਨੂੰ ਅਵੋਇਡ ਹੀ ਕਰਦਾ ਹੁੰਦਾ ਤੇ ਸਿੱਧੂ ਬਾਈ ਇੱਕ ਗੱਲ ਪੁੱਛਣੀ ਸੀ ਮਤਲਬ ਜੇ ਤੁਸੀਂ ਗੱਡੀ ਚੰਗੀ ਤਰ੍ਹਾਂ ਸਾਫ਼ ਸੁਥਰੀ ਪੇਂਟ ਸ਼ੇਂਟ ਕਰਕੇ ਡੈਂਟਿੰਗ ਪੇਂਟਿੰਗ ਚਮਕਾ ਕੇ ਖੜੀ ਕਰਤੀ ਤੇ ਮੈਂ ਗੱਡੀ ਦੇਖਣ ਆਇਆ ਤੇ ਮੇਰੇ ਮਨ ਨੂੰ ਮਤਲਬ ਮੇਰਾ ਮਨ ਰਾਜ਼ੀ ਨਾ ਹੋਵੇ ਗੱਡੀ ਲੈਣ ਨੂੰ ਤਾਂ ਕੋਈ ਟੈਨਸ਼ਨ ਤਾਂ ਨਹੀਂ ਹੈਗੀ ਤੂੰ ਰਾਜ਼ੀ ਆ ਜਾਂ ਨਹੀਂ ਇਹ ਮੈਂ ਨਹੀਂ ਪੁੱਛਣਾ ਜੱਟਾਂ ਵਾਲੀ ਗੱਲ ਸਿੱਧਾ ਧੱਕਾ ਹੋਊਗਾ ਅੱਛਾ ਮਤਲਬ ਕੁੱਲ ਮਿਲਾ ਕੇ ਮੈਂ ਫਸ ਚੁੱਕਾ ਵਾਂ ਮੈਨੂੰ ਹੁਣ ਗੱਡੀ ਲੈਣੀ ਪੈਣੀ ਹੈ ਨਾ ਚਲੋ ਠੀਕ ਆ ਯਾਰ ਮੈਂ ਕੱਲ ਦੁਕਾਨ ਜਾ ਕੇ ਤੁਹਾਨੂੰ ਪੈਸੇ ਫੜਾ ਦਿੰਦਾ ਕੱਲ ਦੁਕਾਨ ਖੁੱਲੀ ਆ ਸਾਡਾ ਪਤਾ ਨਹੀਂ ਕੱਲ ਦਾ ਓ ਚਲੋ ਸਿੱਧੂ ਬਾਈ ਮੈਨੂੰ ਆਪਣਾ ਅਕਾਊਂਟ ਨੰਬਰ ਭੇਜ ਦਿਓ ਮੈਂ ਹੁਣੇ ਪੈਸੇ ਤੁਹਾਨੂੰ ਟ੍ਰਾਂਸਫਰ ਕਰ ਦਿੰਦਾ ਬੜੀ ਜਲਦੀ ਭੇਜਤਾ ਓ ਸਿੱਧੂ ਬਾਈ ਇਹਦੇ ਵਿੱਚ IFSC ਕੋਡ ਤਾਂ ਹੈ ਨਹੀਂਗਾ ਦੱਸ ਮੈਨੂੰ ਕਿੱਥੇ ਆਈ ਨਹੀਂ ਓ ਸਿੱਧੂ ਬਾਈ ਮਜ਼ਾਕ ਕਰਦਾ ਯਾਰ ਆ ਗਿਆ IFSC ਕੋਡ ਤੇ ਮੈਂ ਹੁਣੇ ਤੈਨੂੰ 2 ਮਿੰਟ ਬਾਅਦ ਪੈਸੇ ਪਾਉਣਾ ਤੂੰ ਚੈੱਕ ਕਰ ਲਈ ਜਾ ਕੇ ਠੀਕ ਆ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਯਾਨੀ ਅਮਨ ਔਜਲਾ ਵੱਲੋਂ ਤੇ ਵੀਡੀਓ ਕਿਵੇਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਗਾਇਜ਼ ਜਦੋਂ ਮੈਂ ਫੋਨ ਰੋਸਟ ਵੀਡੀਓਜ਼ ਬਣਾਉਣੀਆਂ ਸ਼ੁਰੂ ਕੀਤੀਆਂ ਸੀ ਤਾਂ ਸਾਲ ਦੀ ਪਹਿਲੀ ਵੀਡੀਓ ਕਿਤੇ ਬਣਾਈ ਸੀ ਮੈਂ ਸਿੱਧੂ ਮੂਸੇਵਾਲੇ ਤੇ ਸਾਲ ਦੀ ਅਖੀਰਲੀ ਵੀਡੀਓ ਕਿਤੇ ਬਣ ਰਹੀ ਆ ਸਿੱਧੂ ਮੂਸੇਵਾਲੇ ਤੇ ਤਾਂ ਤੁਸੀਂ ਜਿੱਦਾਂ ਉਹਨੂੰ ਪਿਆਰ ਦਿੱਤਾ ਸੀ ਆਈ ਗੈਸ 32 ਲੈਕਸ 3.2 ਮਿਲੀਅਨ ਵਿਊਜ਼ ਹੋ ਚੁੱਕੇ ਨੇ ਜਿੰਨੇ ਉਹ ਵੀਡੀਓ ਨਹੀਂ ਦੇਖੀ ਜਾ ਕੇ ਦੇਖ ਲਿਓ ਤੇ ਇਹਨੂੰ ਵੀ ਉਨਾ ਹੀ ਪਿਆਰ ਦੇਣਾ ਤੇ ਗਾਇਜ਼ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਨਿਊ ਈਅਰ ਆ ਰਿਹਾ ਵਾ ਤੇ ਨਿਊ ਈਅਰ ਦੀਆਂ ਸੈਲੀਬ੍ਰੇਸ਼ਨਸ ਆਲਰੇਡੀ ਸਟਾਰਟ ਹੋ ਚੁੱਕੀਆਂ ਨੇ ਤੇ ਸੱਚੀ ਯਾਰ ਸਨੈਪ ਟਿਊਬ ਵੱਲੋਂ ਵੀ ਨਿਊ ਈਅਰ ਦਾ ਇੱਕ ਕੰਟੈਸਟ ਆਇਆ ਵਾ ਜਿਹਦੇ ਵਿੱਚ ਪਾਰਟਿਸਿਪੇਟ ਕਰਨ ਲਈ ਤੁਸੀਂ ਕੀ ਕਰਨਾ ਵਾ ਸਭ ਤੋਂ ਪਹਿਲਾਂ ਸਨੈਪ ਟਿਊਬ ਐਪ ਨੂੰ ਡਾਊਨਲੋਡ ਕਰਨਾ ਵਾ ਤੇ ਉਸ ਤੋਂ ਬਾਅਦ ਹੈਪੀ ਨਿਊ ਈਅਰ ਦਾ ਵੀਡੀਓ ਸਟੇਟਸ ਤੁਸੀਂ ਡਾਊਨਲੋਡ ਕਰਕੇ ਕਿਸੇ ਇੱਕ ਫਰੈਂਡ ਨੂੰ ਉਹ ਸੈਂਡ ਕਰਨਾ ਵਾ ਤੇ ਉਹਦਾ ਸਕਰੀਨਸ਼ਾਟ ਲੈ ਲੈਣਾ ਵਾ ਉਸ ਤੋਂ ਬਾਅਦ ਤੁਸੀਂ ਸਨੈਪ ਟਿਊਬ ਦੀ ਫੇਸਬੁੱਕ ਪੋਸਟ ਤੇ ਉਹ ਸਕਰੀਨਸ਼ਾਟ ਕਮੈਂਟ ਕਰਨਾ ਵਾ ਇੰਨਾ ਸਿੰਪਲ ਜਿਹਾ ਕੰਮ ਆ ਯਾਰ ਤੇ ਗਾਇਜ਼ ਲੱਕੀ ਵਿਨਰਸ ਲਈ ਹੈਗਾ ਕੈਸ਼ ਪ੍ਰਾਈਜ਼ ਫਸਟ ਲੱਕੀ ਵਿਨਰ ਨੂੰ ਮਿਲੂਗਾ 31,111 ਰੁਪੀਸ ਦਾ ਕੈਸ਼ ਪ੍ਰਾਈਜ਼ ਬਾਕੀ ਦੇ ਜਿਹੜੇ 5 ਲੱਕੀ ਵਿਨਰ ਹੋਣਗੇ ਉਹਨਾਂ ਨੂੰ ਕੀ ਮਿਲੂਗਾ 11,111 ਕੈਸ਼ ਪ੍ਰਾਈਜ਼ ਤੇ ਬਾਕੀ ਮੈਂ ਡਿਸਕ੍ਰਿਪਸ਼ਨ ਵਿੱਚ ਇਹਦਾ ਲਿੰਕ ਦੇ ਰਿਹਾ ਉੱਥੇ ਜਾ ਕੇ ਡਿਟੇਲਸ ਰੀਡ ਕਰ ਲਿਓ ਤੇ ਕਰ ਲਿਓ ਜਲਦੀ ਜਲਦੀ ਹੈ ਚਲੋ ਫਿਰ ਠੀਕ ਆ ਗਾਇਜ਼ ਮੈਂ ਅਮਨ ਔਲਿਆ ਤੁਹਾਡੇ ਤੋਂ ਲੈਣਾ ਇਜਾਜ਼ਤਾਂ ਤਦ ਤੱਕ ਲਈ ਕਿੱਦਾਂ ਫਿਰ